ਅਗਲੀ ਖਬਰ ਦੀ ਗੱਲ ਕਰੀਏ, ਵਧੀਏ ਤੇ ਗੱਲ ਕਰੀਏ ਕਪਤਾਨ ਸਾਹਿਬ ਦੀ, ਕੈਪਟਨ ਸਾਹਿਬ ਦੀ। ਇਹਨਾਂ ਨੇ ਹੁਣ ਜਿਹੜਾ ਰਲੇਵੇਂ ਦੀ ਗੱਲ ਚੱਲੀ ਹੈ ਤੇ ਪ੍ਰਨੀਤ ਕੌਰ ਜੀ ਬੋਲੇ ਨੇ, ਕਹਿੰਦੇ ਮੈਂ ਤਾਂ ਹਾਲ ਦੀ ਘੜੀ ਕਾਂਗਰਸ ਦੇ ਵਿੱਚ ਹੀ ਹਾਂ। ਨਹੀਂ ਦੇਖੋ ਗੱਲ ਇਹ ਆ ਜੀ ਕਿ ਜੇ ਕਿਤੇ ਸਿਰ ਜਾਏਗਾ ਤੇ ਕੰਨਾਂ ਨੇ ਨਾਲ ਹੀ ਜਾਣਾ ਹੈ, ਹਾਂਜੀ ਕਹਿਣ ਨੂੰ ਹਾਂਜੀ ਕੀ ਬਿਲਕੁਲ ਹੈ। ਦੇਖੋ ਗੱਲ ਕੀ ਆ ਕਿ ਬਈ ਹੁਣ ਜਿਹੜਾ ਇਸ ਵੇਲੇ ਸਾਰਾ ਕੁਝ ਚੱਲਦਾ ਪਿਆ, ਮਜਬੂਰੀਆਂ ਦੋਨੋਂ ਤਰਫ ਨੇ। ਇੱਕ ਤਰਫ ਇੱਕ ਪਾਸੇ ਇਹ ਆ ਕਿ ਜੇ ਅਸੀਂ ਕੱਢਦੇ ਹਾਂ ਤੇ ਮੈਂਬਰ ਪਾਰਲੀਮੈਂਟ ਤੇ ਰਹਿਣਾ ਹੀ ਰਹਿਣਾ ਹੈ ਪ੍ਰਨੀਤ ਕੌਰ ਨੇ, ਹਾਂਜੀ ਤੇ ਸਾਡਾ ਇੱਕ ਨੰਬਰ ਵੀ ਕੱਟ ਜਾਏਗਾ। ਜੇ ਪ੍ਰਨੀਤ ਕੌਰ ਦਲ ਬਦਲੀ ਕਰਦੀ ਹੈ ਹਾਂਜੀ ਤਦ ਆਪਣੇ ਆਪ ਹੀ ਉਹਦੀ ਮੈਂਬਰਸ਼ਿਪ ਖਤਮ ਹੋ ਜਾਏਗੀ। ਹੁਣ ਕਾਂਗਰਸ ਵਾਸਤੇ ਇਹੀ ਰੇੜਕਾ ਹੈ ਨਾ, ਕਾਂਗਰਸ ਹੀ ਪੰਜਾਬ ਦੇ ਜਿਹੜੇ ਆ ਉਹ ਤੇ ਬੜੇ ਚਿਰ ਤੋਂ ਰੌਲਾ ਪਾਉਂਦੇ ਆ ਕਿ ਬਈ ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ, ਇਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਹੈ। ਤੁਸੀਂ ਵੇਖੋ ਗੱਲ ਸੁਣੋ ਮੇਰੀ, ਹਾਂਜੀ ਜਿਹੜੀ ਆ ਰਲੇਵੇਂ ਵਾਲੀ ਪ੍ਰਕਿਰਿਆ ਦਾ ਹੁਣ ਰੌਲਾ ਪਾਉਂਦੇ ਆ ਨਾ ਮੀਡੀਆ ਦਾਰੇ ਜੀ 19 ਨੂੰ ਹੋ ਜਾਣੀ, 19 ਨੂੰ ਹੋ ਜਾਣੀ ਆ। ਆਪਾਂ 1 ਮਹੀਨੇ ਪਹਿਲਾਂ ਹੀ ਦੱਸਤਾ ਸੀਗਾ, 1 ਮਹੀਨਾ ਜੀ ਪਹਿਲਾਂ, ਜੀ ਕਿ ਇਹਨਾਂ ਦੇ ਘਰ ਦੇ ਵਿੱਚ ਮੀਟਿੰਗ ਹੋਈ ਆ। ਜਦੋਂ ਅਮਰਿੰਦਰ ਸਿੰਘ ਸਿਹਤਯਾਬ ਨਹੀਂ ਸੀਗਾ, ਉਹਦੇ ਵਿੱਚ ਭਾਜਪਾ ਦੇ ਉੱਚ ਕੋਟੀ ਦੇ ਆਗੂ ਇਹਨਾਂ ਦੇ ਘਰ ਪਹੁੰਚੇ ਸਨ, ਜੀ 2.5 ਘੰਟੇ ਉੱਥੇ ਬੈਠੇ ਨੇ। ਸਾਰਾ ਰੋਡ ਮੈਪ ਉਦਨ ਹੀ ਤਿਆਰ ਹੋਇਆ ਸੀਗਾ ਕਿ ਕਿੱਦਾਂ ਕਿੱਦਾਂ ਅਗਾਂਹ ਕਦਮ ਚੁੱਕਣੇ ਨੇ। ਅੱਛਾ ਜਦੋਂ ਤੁਸੀਂ ਦੇਖਿਆ ਹੋਣਾ ਇਲੈਕਸ਼ਨ ਦੇ ਵਿੱਚ ਵੀ ਪ੍ਰਨੀਤ ਕੌਰ ਨੇ ਪ੍ਰਚਾਰ ਕੀਤਾ, ਕਿਹਦੇ ਲਈ ਕੀਤਾ? ਆਪਣੇ ਘਰ ਵਾਲੇ ਦੀ ਪਾਰਟੀ ਵਾਸਤੇ। ਤਾਂ ਉਦੋਂ ਐਕਸ਼ਨ ਨਹੀਂ ਹੋਇਆ, ਫਿਰ ਮੀਟਿੰਗ ਕਰ ਗਈ, ਮੈਂਬਰ ਪਾਰਲੀਮੈਂਟ ਤੁਹਾਡੀ ਹੋਵੇ, ਘਰ ਵਾਲਾ ਉਹਦਾ ਘਰ ਨਾ ਹੋਵੇ, ਉਹ ਬੈਠ ਕੇ ਜਿਹੜੇ ਭਾਜਪਾ ਵਾਲੇ ਆਗੂ ਆ ਉਹਨਾਂ ਦੇ ਨਾਲ ਸਾਰਾ ਮਤਾ ਪਵਾ ਰਹੀ ਹੈ। ਤਾਂ ਹੋਰ ਉੱਤੇ ਕੀ ਰਹਿ ਗਿਆ ਬਈ, ਹੋਰ ਉੱਥੇ ਕੀ ਹੈ ਬਾਕੀ? ਤਾਂ ਬਹਰਹਾਲ ਹੁਣ ਪ੍ਰਨੀਤ ਕੌਰ ਨੇ ਜਿਹੜੀ ਗੱਲ ਕਹੀ ਹੈ ਉਹ ਤੇ ਇਹੋ ਆ ਕਿ ਹਾਲ ਦੀ ਘੜੀ ਤਾਂ ਬਈ ਮੈਂ ਇੱਥੇ ਹੀ ਹਾਂ, ਕਾਂਗਰਸ ਦੇ ਵਿੱਚ ਹਾਂ, ਆਈ ਐਮ ਵਿਦ ਕਾਂਗਰਸ ਐਟ ਦ ਮੂਮੈਂਟ ਜੀ ਜੀ ਤੇ ਹੁਣ ਪਾਰਟੀ ਉੱਤੇ ਉਹਨਾਂ ਦੀ ਮਰਜ਼ੀ ਹੈ। ਮੈਂ ਇਲੈਕਟਡ MP ਆ, ਜਿੰਨੀ ਦੇਰ ਹੈਗੀ ਆ ਉਨੀ ਦੇਰ ਲੋਕਾਂ ਦੀ ਸੇਵਾ ਕਰਾਂਗੀ, ਤਾਂ ਸਾਫ਼ ਹੈ। ਕਹਿੰਦੇ ਕਿ ਜਦ ਤੱਕ ਹੈਗੀ ਆ ਤਦ ਤੱਕ ਪਾਰਟੀ ਦੇ ਜਿਹੜੇ ਮੇਰੇ ਫਰਜ਼ ਨੇ, ਅਸੂਲ ਨੇ, ਮੈਂ ਉਹਨਾਂ ਨੂੰ ਨਿਭਾ ਰਹੀ ਹਾਂ। ਪਰ ਫਰਜ਼ ਅਸੂਲ ਤੇ ਕਿਹੜੇ ਨੇ ਤੁਹਾਡੇ ਭਾਈ, ਕਿਹੜੇ ਨੇ? ਤਾਂ ਹੁਣ ਇਹ ਦੇਖਣਾ ਹੋਏਗਾ ਕਿ 19 ਸਤੰਬਰ ਤੋਂ ਬਾਅਦ ਕੀ ਹੁੰਦਾ, ਜਦੋਂ ਜੀ ਮਰਜ਼ਰ ਹੋ ਜਾਏਗਾ ਤੇ ਉਸ ਤੋਂ ਬਾਅਦ ਰਣਿੰਦਰ ਜੈਇੰਦਰ ਉਹਦੇ ਨਾਲ ਜਾਣਗੇ ਜਾਣਗੇ। ਪ੍ਰਨੀਤ ਕੌਰ ਦੇਖੋ ਸਾਰੀ ਫੈਮਿਲੀ ਚਲੀ ਜਾਵੇ, ਇਹ ਇੱਧਰ ਰਹਿ ਜਾਣਾ, ਇਹ ਵੀ ਕਮਾਲ। ਵੈਸੇ ਕਾਂਗਰਸ ਦੇ ਵਿੱਚ ਇਹ ਅਜੂਬੇ ਹੁੰਦੇ ਨੇ, ਤੁਹਾਨੂੰ ਯਾਦ ਹੋਏਗਾ ਕਿ ਜਿਹੜਾ ਇੱਕ ਸੀਗਾ ਬਾਹੂਬਲੀ ਸਾਧੂ ਸੀ ਉਹਦਾ ਨਾਮ, ਤੇ ਉਹ ਮਤਲਬ ਕਿ ਅੱਡ ਅੱਡ ਮੈਂਬਰ ਪਾਰਲੀਮੈਂਟ ਬਣਿਆ ਸੀਗਾ ਲੜਕੇ, ਤੇ ਜਿਹੜੀ ਉਹਦੀ ਵਾਈਫ ਸੀਗੀ ਰਣਜੀਤਾ ਉਹ ਅੱਡ ਬਣੀ ਸੀ ਇਹਨਾਂ ਤੋਂ। ਜੀ ਤੋ ਇਹਨਾਂ ਤੇ ਇਸ ਤਰ੍ਹਾਂ ਦੇ ਕਾਰਵਾਈ ਚੱਲਦੇ ਨੇ। ਪਰ ਸਾਫ਼ ਆ ਦੇਖੋ ਗੱਲ ਕੀ ਆ ਕਿ ਇਸ ਸਾਰੇ ਟੱਬਰ ਨੇ ਜਾਣਾ ਹੀ ਜਾਣਾ ਸੀਗਾ। ਵੈਸੇ ਅਮਰਿੰਦਰ ਸਿੰਘ ਦਾ ਇਤਿਹਾਸ ਹੈ, ਤੁਹਾਨੂੰ ਪਤਾ ਹੀ ਹੈ। ਹਾਂਜੀ ਇਹਨਾਂ ਨੇ ਕਾਂਗਰਸ ਛੱਡੀ, ਅਕਾਲੀ ਦਲ ਚ ਚਲੇ ਗਏ, ਉਹਨਾਂ ਤੋਂ ਵੱਖ ਹੋ ਕੇ ਫਿਰ ਆਪਣਾ ਦਲ ਬਣਾ ਲਿਆ, ਪੰਥਕ ਦਲ, ਫਿਰ ਜਾ ਕੇ ਤੇ ਰਲੇਵਾਂ ਕਰ ਲਿਆ, ਕਾਂਗਰਸ ਪਾਰਟੀ ਚ ਆ ਗਏ, ਅਕਾਲੀ ਦਲ ਬਾਦਲ ਚ ਵੀ ਫਿਰ ਥੋੜਾ ਸਮਾਂ ਲਾਇਆ। ਸੋ ਗੱਲ ਇਹ ਆ ਕਿ ਜਦੋਂ ਹੁਣ ਇਹ ਚੀਜ਼ਾਂ ਦਾ ਚੱਲਦਾ ਹੈ ਕੰਮ, ਤਾਂ ਅਮਰਿੰਦਰ ਕੋਲ ਹੁਣ ਕੁਛ ਨਹੀਂ ਬਚਿਆ। ਇਹ ਆ ਕਿ ਇੱਕ ਧਮਾਕਾ ਹੋ ਸਕਦਾ ਹਾਂਜੀ ਕਿ ਰਾਹੁਲ ਗਾਂਧੀ ਜਿਵੇਂ ਇੱਧਰ ਨੂੰ ਆਏਗਾ ਉਹ ਭਾਰਤ ਜੋੜੋ ਯਾਤਰਾ ਚ, ਤਾਂ ਉਸ ਤੋਂ ਪਹਿਲਾਂ ਇੱਕ ਧਮਾਕਾ ਕਰ ਦੇਣ, ਨਾਲ 5-7 ਹੋਰ ਲੈ ਕੇ ਕੋਈ ਇੱਧਰੋਂ ਉੱਧਰੋਂ, ਮੈਨੂੰ ਤੇ ਲੱਗਦਾ ਕੋਈ 1-2 ਵਧਾਇਕ ਹੀ ਨਾ ਆ ਜਾਣ, ਇਹ ਵੀ ਹੈ, ਸਭੋ ਸੱਚ ਹੀ ਹੈ ਨਾ। ਤਾਂ ਇਹ ਧਮਾਕਾ ਹੋ ਜਾਏਗਾ, ਉਹਦੇ ਚ ਕੀ ਹੈ? ਕਿਉਂਕਿ ਦੇਖੋ ਭਾਜਪਾ ਕੀ ਬਣਾਏਗੀ, ਪ੍ਰਵੀਨ ਜੀ ਇਹ ਸਮਝਣ ਵਾਲੀ ਗੱਲ ਹੈ, ਇੱਥੇ ਬਣਾਏਗੀ ਜੱਟ ਵਰਸਸ ਜੱਟ। ਜੀ ਭਾਜਪਾ ਜੱਟ ਵਰਸਸ ਜੱਟ ਬਣਾਏਗੀ, ਤਾਂ ਜੱਟ ਵਰਸਸ ਜੱਟ ਦਾ ਮਤਲਬ ਕਿ ਇਹੀ ਲੜਨਾ ਆਪਸ ਦੇ ਵਿੱਚ, ਤੇ ਸਾਡੇ ਬਣੀ ਇਹ ਜਿਹੜੇ ਇਹਨਾਂ ਦੇ ਹਿੰਦੂ ਚਿਹਰੇ ਆ ਉਹ ਹੋ ਜਾਣਗੇ ਥੋੜੇ ਜਿਹੇ ਪਿੱਛੇ, ਤੇ ਲੜਨਗੇ ਕੌਣ ਉਹ ਤੁਹਾਡੇ ਸਾਹਮਣੇ ਆ। ਹੁਣ ਜੇ ਦੇਖੀਏ ਤੇ ਆਪਾਂ ਜਿਹੜੇ ਸਿੱਧੂ ਹੋਰੀ, ਕਾਂਗੜ ਹੋਰੀ, ਉਹ ਤੇ ਪਹਿਲਾਂ ਬੈਠੇ ਨੇ ਜਾ ਕੇ ਉੱਥੇ, ਜੀ ਜੀ ਇਹਦੇ ਖਾਸਮ ਖਾਸ ਸਿਫਾ ਸਲਾਰ, ਫਿਰ ਇਸ ਤੋਂ ਇਲਾਵਾ ਸੁਨੀਲ ਜਾਖੜ ਹੋ ਰਹੀ, ਸਾਰੇ ਉਹ ਸਾਰੇ ਉੱਥੇ ਨੇ, ਤਾਂ ਗੇਮ ਤਾਂ ਉਹੀ ਬਣ ਗਈ। ਤੋ ਇਸ ਕਰਕੇ ਭਾਜਪਾ ਹੋ ਸਕਦਾ ਹੈ ਕਿ ਅਮਰਿੰਦਰ ਸਿੰਘ ਨੂੰ ਪ੍ਰਧਾਨ ਬਣਾ ਦੇਵੇ, ਕਿਉਂਕਿ ਇਹਨਾਂ ਦਾ
ਪ੍ਰਧਾਨ ਦਾ ਅਹੁਦਾ ਖਾਲੀ ਹੋਵੇਗਾ ਹੁਣ ਅੱਗੇ ਜਾ ਕੇ, ਤੇ ਜਿਹੜੇ ਇਹ ਪ੍ਰਧਾਨ ਨੇ ਇਸ ਟਾਈਮ ਮੌਜੂਦਾ ਅਸ਼ਵਨੀ ਜੀ, ਇਹਨਾਂ ਦੀ ਕੋਈ ਖਾਸ ਮੁਕਤ ਹੈ ਨੀ ਪੰਜਾਬ ਦੀ ਰਾਜਨੀਤੀ ਚ। ਅਮਰਿੰਦਰ ਇਹ ਆ ਵੀ ਚਲੋ ਹੋਰ ਨੀ ਤੇ ਬਸ ਟਿੰਡ ਚ ਕਾਨਾ ਪਾਈ ਰੱਖੇਗਾ ਜੀ, ਬਿਲਕੁਲ। ਤੋ ਇਹ ਇਹਨਾਂ ਦੀ ਸਟ੍ਰੈਟਜੀ ਹੈਗੀ ਇਸ ਟਾਈਮ। ਤੇ ਇਹਦੇ ਚ ਹੁਣ ਪ੍ਰਨੀਤ ਕੌਰ ਜੀ ਦਾ ਪਤਾ ਨੀ ਕੀ ਬਣੇਗਾ, ਪਤਾ ਨੀ ਕੀ ਹੋਏਗਾ ਕੀ ਨਹੀਂ ਹੋਏਗਾ, ਪਰ ਇਹ ਸਾਫ ਆ ਕਿ ਇਹ ਜਾਣਗੇ ਹੀ ਜਾਣਗੇ ਇਹਨਾਂ ਦਾ ਟੱਬਰ ਜਾਏਗਾ ਹੀ ਜਾਏਗਾ, ਤਾਂ ਤੈਅ ਹੀ ਆ ਰਲੇਵਾ ਇਹਨਾਂ ਦਾ ਹੋਣਾ ਹੀ ਹੋਣਾ। ਔਰ ਇਹ ਉਸ ਦਿਨ ਤੋਂ ਹੀ ਤੈਅ ਸੀ ਜਿਸ ਦਿਨ ਤੋਂ ਇਹ ਦੂਸਰੀ ਮਰਤਬਾ ਪੰਜਾਬ ਦੇ ਚੀਫ ਮਿਨਿਸਟਰ ਬਣਦੇ ਆ ਤੇ ਬੜਾ ਰਲ ਮਿਲ ਕੇ ਚੱਲਦੇ ਆ, ਘੁਲ ਮਿਲ ਕੇ ਚੱਲਦੇ ਆ। ਫਿਰ ਜਵਾਈ ਤੇ ਵੀ ਪਰਚਾ, ਆਪਣੇ ਤੇ ਵੀ ਕੇਸ, ਮੁੰਡੇ ਤੇ ਵੀ ਬਥੇਰੇ। ਤਾਂ ਉਹ ਫਿਰ ਸਾਰੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਸਾਰੇ ਤੰਦ ਜਿਹੜੇ ਆ ਉਹ ਉਲਝੇ ਹੋਣ, ਜਦੋਂ ਤੁਹਾਡੀ ਡੋਰ ਕਿਸੇ ਹੋਰ ਦੇ ਹੱਥ ਹੋਵੇ, ਫਿਰ ਅਗਲਾ ਤਾਂ ਠੁਮਕੇ ਤੇ ਨਚਾਉਂਦਾ ਹੀ ਹੈ, ਲੱਕ ਤੇਰਾ ਠੁਮਕੇ ਤੇ ਠੁਮਕਾ ਮਾਰੇ, ਇਹ ਫਿਰ ਏਦਾਂ ਦੀ ਕੱਟ ਪੁਤਲੀ ਨਾਚ ਹੁੰਦੇ।